ਤਨੇ ਸੰਮਤੀ ਵੱਲੋਂ ਪਟਿਆਲਾ ਵਿੱਚ ਵੱਖ-ਵੱਖ ਜਗ੍ਹਾ ਤੇ ਬੂਟੇ ਲਗਾਉਣ ਦੀ ਮੁਹਿੰਮ ਜਾਰੀ ਰੱਖੀ ਗਈ ਹੈ। ਇਸੇ ਮੁਹਿੰਮ ਤਹਿਤ ਅੱਜ ਖੰਡਾ ਚੌਂਕ ਤੋਂ 22 ਨੰਬਰ ਫਾਟਕ ਵੱਲ 100 ਦੇ ਕਰੀਬ ਬੂਟੇ ਲਗਾਏ। ਖੰਡਾ ਚੌਂਕ ਤੋਂ 21 ਨੰਬਰ ਫਾਟਕ ਤੱਕ ਪਾਰਕ ਦਾ ਨਿਰਮਾਣ ਕੀਤਾ ਗਿਆ, ਜਿਸ ਦੀ ਦੇਖ-ਰੇਖ ਐਡਵੋਕੇਟ ਗਰੇਵਾਲ ਵੱਲੋਂ ਕੀਤੀ ਜਾਂਦੀ ਹੈ ਤੇ ਨਾਲ ਹੀ ਜਨੇ ਸੰਮਤੀ ਵੱਲੋਂ ਸਮੇਂ-ਸਮੇਂ ਇੱਥੇ ਬੂਟੇ ਵੀ ਲਗਾਏ ਜਾਂਦੇ। ਇਸ ਸੋਸਾਇਟੀ ਵੱਲੋਂ ਖੰਡਾ ਚੌਂਕ ਤੋਂ ਲੈ ਕੇ ਲਹਿਰ ਲਾਈਟਾਂ ਤੱਕ ਬੂਟੇ ਲਾਉਣ ਦਾ ਮੁਹਿੰਮ ਚਲਾਈ ਹੈ। ਪਹਿਲਾਂ ਪਿਛਲੇ ਹਫ਼ਤੇ 12 ਤਰੀਕ ਸੀਗਾ ਚਿਲਡਰਨ ਪਾਰਕ ਅਤੇ ਅੱਜ ਇੱਥੇ ਹੈ। ਇਹ ਸਾਰਾ ਪਾਰਕ ਜਾਨੀ ਸੋਸਾਇਟੀ ਵੱਲੋਂ ਮੇਨਟੇਨ ਕੀਤਾ ਜਾਂਦਾ ਅਤੇ ਜਦੋਂ ਸ਼ੁਰੂ ਹੋਇਆ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਅਸੀਂ ਇਸ ਨੂੰ ਮੇਨਟੇਨ ਕਰ ਰਹੇ ਹਾਂ। ਇਹ ਮੇਨਟੇਨ ਸਾਰਾ ਜਿਹੜਾ ਬੂਟਾ ਕੱਲੇ ਜਿਹੜੇ ਵੱਡੇ ਵੱਡੇ ਬੂਟੇ ਵੀ ਲੱਗੇ ਹਨ ਸਾਰੇ ਜਾਨੀ ਸੋਸਾਇਟੀ ਵੱਲੋਂ ਲੱਗੇ ਨੇ। ਇਹ ਹਰ ਸਾਲ ਅਤੇ ਹਰ 6 ਮਹੀਨੇ ਬਾਅਦ ਜਾਨੀ ਸੋਸਾਇਟੀ ਇਸੇ ਤਰ੍ਹਾਂ ਚਲਾ ਰਹੀ ਹੈ ਅਤੇ ਹੋਰ ਵੀ ਬਹੁਤ ਕੰਮ ਚਲਾ ਰਹੀ ਹੈ ਜਾਨੀ ਸੋਸਾਇਟੀ। ਇਸ ਕਰਕੇ ਵੀ ਲੋਕਾਂ ਨੂੰ ਇਹ ਤੋਂ ਜਾਗਰੂਕ ਕਰਨ ਵਾਸਤੇ ਵੀ ਲੋਕ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਆਪਣਾ ਵਾਤਾਵਰਨ ਸਹੀ ਹੋ। ਜਨ ਸਮਿਤੀ ਪਟਿਆਲਾ ਵੱਲੋਂ ਅੱਜ ਉਰੇ ਬੂਟੇ ਲਗਾਏ ਜਾ ਰਹੇ ਹਨ, ਜਿਹੜੇ ਬੂਟੇ ਹਰ ਸਾਲ ਮਤਲਬ ਕਿ ਜਦੋਂ ਵੀ ਮੌਸਮ ਹੁੰਦਾ ਲਗਾਏ ਜਾਂਦੇ ਹਨ। ਇਹ ਜਿਹੜਾ ਪਾਰਕ ਸਾਰਾ ਇਹਨਾਂ ਵੱਲੋਂ ਹੀ ਮੇਨਟੇਨ ਕੀਤਾ ਜਾ ਰਿਹਾ ਹੈ। ਇਹ 'ਚ ਅਲੱਗ ਅਲੱਗ ਫੁੱਲਾਂ ਵਾਲੇ ਫਲਾਂ ਵਾਲੇ ਅਤੇ ਹੋਰ ਸਾਰੇ ਬੂਟੇ ਲਗਾਏ ਜਾਂਦੇ ਹਨ। ਜਨ ਸਮਿਤੀ ਵੱਲੋਂ ਪਟਿਆਲਾ ਵਿੱਚ ਹੋਰ ਵੀ ਬਹੁਤ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ, ਜਿਵੇਂ ਹੋਸਪਿਟਲ 'ਚ ਐਂਬੂਲੈਂਸ ਵਗੈਰਾ, ਵੀਲਚੇਅਰ, ਕਿਸੇ ਗਰੀਬ ਦੀ ਲੋੜ ਹੈ ਹੈਲਪ ਕਰਨੀ, ਕੋਈ ਰਾਸ਼ਨ ਪਾਣੀ ਵੰਡਣਾ, ਉਹਦੇ ਵਿੱਚ ਇਹ ਬਹੁਤ ਜ਼ਿਆਦਾ ਜਨ ਸਮਿਤੀ ਆਪਣਾ ਯੋਗਦਾਨ ਪਾ ਰਹੀ ਹੈ। ਅਤੇ ਅੱਜ ਗੁਰਦੁਆਰਾ ਸਾਹਿਬ ਖੰਡਾ ਚੌਂਕ ਕੋਲ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਹ ਜਨ ਦੀ ਸਮਿਤੀ ਦੇ ਸਾਰੇ ਮੈਂਬਰ ਅਤੇ ਹੋਰ ਵੀ ਬਹੁਤ ਉੱਥੇ ਹਾਜ਼ਰ ਹੋਏ ਹਨ। ਨਮਸਕਾਰ ਜੀ, ਅੱਜ ਅਸੀਂ ਜਨ ਹਿੱਤ ਸੁਸਾਇਟੀ ਵੱਲੋਂ ਪੌਦੇ ਲਗਾਏ ਹੈ। ਸਾਵਣ ਦੇ ਮਹੀਨੇ ਵਿੱਚ ਬਹੁਤ ਅੱਛਾ ਕੰਮ ਹੈ ਜਨ ਹਿੱਤ ਸੁਸਾਇਟੀ ਵੱਲੋਂ, ਤਾਂ ਮੈਂ ਸਾਰਿਆਂ ਨੂੰ ਅਗਾਹ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਵੱਧ ਚੜ੍ਹ ਕੇ ਆਪਣੇ ਸ਼ਹਿਰ ਵਿੱਚ, ਆਪਣੇ ਘਰਾਂ ਵਿੱਚ, ਆਪਣੇ ਘਰ ਦੇ ਨੇੜੇ ਤੇੜੇ ਖੂਬ ਪੌਦੇ ਲਗਾਓ ਤਾਂ ਕਿ ਇਨਵਾਇਰਮੈਂਟ ਸਾਡਾ ਹੋਰ ਸਾਫ਼ ਸੁਥਰਾ ਹੋ ਜਾਏ। ਮੈਂ ਧੰਨਵਾਦ ਕਰਦਾ। ਅੱਜ ਸਵੇਰੇ ਤਕਰੀਬਨ ਅਸੀਂ 4:30 ਵਜੇ ਤੋਂ ਲੱਗੇ ਹੋਏ ਹਾਂ ਜੀ। ਪਹਿਲਾਂ ਅਸੀਂ ਗੁਰੂ ਨਾਨਕ ਪਵਿੱਤਰ ਜੰਗਲ 'ਚ ਮੈਂ ਕੰਮ ਕਰਕੇ ਆਇਆ, ਕਾਫੀ ਸਾਥੀ ਉੱਥੇ ਆਏ ਸੀ, 900 ਦੇ ਕਰੀਬ ਦਰਖਤ ਅਸੀਂ ਉੱਥੇ ਲਗਾ ਤੇ। ਸੋ ਜਨ ਸਮਿਤੀ ਦਾ ਬਹੁਤ ਵੱਡਾ ਸਹਿਯੋਗ ਆ ਉਸ ਜੰਗਲ ਦੇ ਵਿੱਚ ਵੀ। ਸੋ ਵਿਨੋਦ ਸ਼ਰਮਾ ਜੀ, ਸਾਡੇ ਮੇਨ ਕਾਰਜਕਰਤਾ ਲਾ ਲਓ, ਸੰਗਠਨ ਇੰਚਾਰਜ ਲਾ ਲਓ, ਜੈ ਲਾ ਲਓ ਵੀ ਜਿਹਨਾਂ ਦੇ ਸਿਰ 'ਤੇ ਸੰਸਥਾ ਰੁੜ ਰਹੀ ਹੈ। ਜਨ ਸਮਿਤੀ ਤੋਂ ਨਾਲ ਮੇਰੇ ਰਣਜੀਤ ਜੀ ਹੈ, ਨਾਲ ਸਾਡੇ ਐਡਵੋਕੇਟ ਜਿੰਦਰ ਗਰੇਵਾਲ ਸੀ, ਜਗਤਾਰ ਸਿੰਘ ਜੱਗੀ ਗਰੇਵਾਲ ਸਾਹਿਬ, ਸਾਡੇ ਜੋਸ਼ੀ ਜੀ ਮੈਡਮ ਪੂਨਮ ਕੌਰ ਸਾਡੇ ਮੈਂਬਰ ਹੈ, ਮੁਕੇਸ਼ ਸਿੰਗਲਾ ਜੀ ਬਿਜਲੀ ਬੋਰਡ ਤੋਂ। ਅਸੀਂ ਅੱਜ ਇੱਥੇ ਖੰਡਾ ਚੌਂਕ 'ਤੇ ਤਕਰੀਬਨ 50 ਤੋਂ ਉੱਪਰ ਪਲਾਂਟ ਲਗਾਏ ਹੈ। ਆਲਰੇਡੀ ਅਸੀਂ ਇੱਥੇ ਪਿਛਲੇ 7 ਸਾਲ ਤੋਂ ਪਲਾਂਟ ਲਗਾਏ ਹੈ, ਪਲਾਂਟ ਕਾਫੀ ਵੱਡੇ ਹੋਏ ਹੋਏ ਹੈ। ਸਾਨੂੰ ਜਿੱਥੇ ਇੱਥੇ ਜਗ੍ਹਾ ਮਿਲੀ ਅਸੀਂ ਦੇਖਿਆ ਵੀ ਬਰਸਾਤ ਦਾ ਮੌਸਮ ਹੈ, ਜਿੰਨੇ ਅਸੀਂ ਪਲਾਂਟ ਲਗਾ ਦਈਏ ਉਹ ਬੈਨੀਫਿਟਿਡ ਹੈ। ਅਸੀਂ ਤਕਰੀਬਨ ਪਿਛਲੇ ਹਫ਼ਤੇ ਤੋਂ 1000 ਤੋਂ ਉੱਪਰ ਪਲਾਂਟ ਲਗਾ ਚੁੱਕੇ ਹਾਂ ਅਤੇ ਸਾਡਾ ਟਾਰਗੇਟ ਹੈ 1000 ਪਲਾਂਟ ਲਗਾਉਣਾ। ਉਹਨਾਂ ਨੂੰ ਪਲਾਂਟ ਨੂੰ ਲਗਾ ਕੇ ਅਸੀਂ ਉਹਨਾਂ ਨੂੰ ਪਾਲਦੇ ਵੀ ਹਾਂ, ਦੇਖਦੇ ਵੀ ਹਾਂ, ਉਹਦੇ ਰੱਖ ਰਖਾਵ ਵੀ ਕਰਦੇ ਹਾਂ ਤਾਂ ਕਿ ਬੂਟਾ ਪਲ ਸਕੇ। ਸਾਡੇ ਬੜਾ ਜ਼ਰੂਰੀ ਹੈ, ਜਿੰਨੇ ਅਸੀਂ ਪਲਾਂਟ ਲਗਾਵਾਂਗੇ ਸਾਡਾ ਪਟਿਆਲੇ ਦਾ ਇਨਵਾਇਰਮੈਂਟ ਬਹੁਤ ਵਧੀਆ ਹੋਵੇਗਾ। ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰਾਂਗਾ, ਤੁਸੀਂ ਸਾਡੇ ਜਨ ਸੰਮਤੀ ਨਾਲ ਜੁੜੋ, ਸਾਡੇ ਮੈਂਬਰ ਬਣੋ ਔਰ ਸਾਨੂੰ ਜੋ ਅਮਾਊਂਟ ਡੋਨੇਟ ਕਰੋਗੇ ਸਾਰੇ ਅਸੀਂ ਇਹਨਾਂ ਕੰਮਾਂ ਕਾਜਾਂ ਵਾਸਤੇ ਲਗਾਉਂਦੇ ਹਾਂ। ਨਾਲ ਟ੍ਰੀ ਗਾਰਡ, ਡਸਟਬਿਨ ਜਿੱਥੇ ਲੋੜ ਆ ਉਹ ਲਗਾ ਰਹੇ ਹਾਂ।